ਪੰਜਾਬ ਵਿੱਚ ਆਗਾਮੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਇਸ ਦੇ ਚੱਲਦੇ ਅਕਾਲੀ ਦਲ ਬਾਦਲ ਨੂੰ ਸਦਾ ਲਈ ਅਲਵਿਦਾ ਕਰ ਸਮਾਜ ਸੇਵੀ ਸੰਤੋਖ ਸਿੰਘ ਵਾਲੀਆ ਵਾਸੀ ਵਾਰਡ ਨੰਬਰ 16 ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਵਾਲੀਆ ਸਾਬਕਾ ਮਿਊਂਸੀਪਲ ਕਾਰਪੋਰੇਸ਼ਨ ਅਕਾਲੀ ਦਲ ਬਾਦਲਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਆਪ ਵਿੱਚ ਸ਼ਾਮਿਲ ਹੋਏ ਤੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਡਾ ਵੱਲੋਂ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਵਾਲੀਆ ਸਾਹਿਬ, ਕਿਹੜੀ ਪਾਰਟੀ ਛੱਡ ਗਿਆ ਜਾਂ ਆਮ ਆਦਮੀ ਪਾਰਟੀ ਸ਼ਾਮਿਲ ਹੋਈ? ਨਾ ਜੀ, ਅਕਾਲੀ ਦਲ ਬਾਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਅੱਜ ਮੈਂ। ਕੀ ਖਾਸ ਤੁਹਾਨੂੰ ਆਮ ਆਦਮੀ ਪਾਰਟੀ 'ਚ ਲਿਖਿਆ ਅਤੇ ਕੀ ਕਮੀਆਂ ਜਿਹੜੀਆਂ ਹੈਗੀਆਂ, ਕਿਉਂ ਛੱਡੀ ਅਕਾਲੀ ਦਲ ਦੀ? ਆਮ ਆਦਮੀ ਪਾਰਟੀ ਦੇ ਜੋ ਵੀ ਲੀਡਰ ਜੋ ਹੈ, ਵਰਕਰ ਹੈ, ਉਹ ਸਾਰੇ ਵਧੀਆ ਸਵੱਛ ਛਵੀ ਦੇ ਹੈਗੇ ਆ। ਇਹਨਾਂ 'ਤੇ ਕੋਈ ਬਲੇਮ, ਇਹਨਾਂ 'ਤੇ ਕੋਈ ਨਹੀਂ ਲੱਗਿਆ ਹੋਇਆ। ਅਤੇ ਈਵਨ ਅਸੀਂ ਦੇਖ ਰਹੇ ਹਾਂ ਵੀ ਕੇਜਰੀਵਾਲ ਜੀ ਦਾ ਦਿੱਲੀ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਵੀ ਜੋ ਉਹਨਾਂ ਨੇ ਰਵੱਈਆ ਅਪਣਾਇਆ, ਬਹੁਤ ਸ਼ਲਾਘਾਯੋਗ ਹੈ। ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਾਂ। ਤੁਹਾਡੇ ਹਿਸਾਬ ਨਾਲ ਅਕਾਲੀ ਦਲ 'ਚ ਜਿਹੜੇ ਹੈਗੇ ਆ ਇੱਦਾਂ ਦੇ ਸਾਫ਼ ਅਕਸ਼ ਵਾਲੇ ਬੰਦੇ ਨਹੀਂ ਹੈਗੇ? ਹੈਗੇ ਨੋ ਡਾਊਟ, ਪਰ ਸਾਰੇ ਨਹੀਂ ਹੈ। ਜਿਨ੍ਹਾਂ ਨੂੰ ਅਸੀਂ ਲੀਡਰ ਮੰਨਦੇ ਹਾਂ ਉਹ ਜਿਹੜਾ ਹੈਗਾ ਕਹਿ ਲਓ ਵੀ ਆਪਣੀ ਨਹੀਂ ਚਲਾਉਂਦੇ, ਉਹਨਾਂ ਨੂੰ ਜਿਹੜੇ ਹੈਗੇ ਜੋ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਲੋਕ ਚੰਗੇ ਨਹੀਂ ਸਮਝਦੇ ਉਹਨਾਂ ਨਾਲ ਲੱਗੇ ਹੋਏ ਆ, ਅਤੇ ਉਹ ਉਹਨਾਂ ਦੀ ਗੱਲ ਮੰਨੀ ਜਾ ਰਹੀ ਆ। ਅਕਾਲੀ ਦਲ ਜਿਹੜੇ ਹੈਗਾ ਪਾਰਟੀ ਦੀਆਂ ਨੀਤੀਆਂ ਗਲਤ ਨੀਤੀਆਂ ਕਰਕੇ ਛੱਡ ਰਹੇ ਹੋ ਜਾਂ ਗਲਤ ਲੀਡਰਾਂ ਕਰਕੇ ਛੱਡ ਰਹੇ ਹੋ? ਨੀਤੀਆਂ ਵੀ ਗਲਤ ਹੈ, ਲੀਡਰ ਮੈਂ ਤੁਹਾਨੂੰ ਦੱਸਦਾ ਵੀ ਆਪਣੀ ਚਲਾਉਂਦੇ, ਉਹ ਜੋ ਉਹਨਾਂ ਦੇ ਕੰਨ ਭਰੇ ਜਾਂਦੇ ਆ ਉਹਦੇ ਹਿਸਾਬ ਨਾਲ ਚਲਾਉਂਦੇ ਆ। ਚੱਡਾ ਸਾਹਿਬ, ਕੀ ਕਹਿਣਾ ਚਾਹੁੰਦੇ ਅੱਜ ਪਾਰਟੀ ਦੇ ਵਿੱਚ ਇਜਾਫਾ ਹੋ ਰਿਹਾ ਲਗਾਤਾਰ ਦੂਜੀਆਂ ਪਾਰਟੀਆਂ ਤੋਂ ਵਰਕਰ ਆ ਰਹੇ ਛੱਡ ਕੇ? ਦੇਖੋ, ਜਿਹੜੀਆਂ ਵੀ ਰਵਾਇਤੀ ਪਾਰਟੀਆਂ ਹੁਣ ਤੱਕ ਸ਼ਹਿਰਾਂ ਦੇ ਵਿੱਚ ਚੋਣਾਂ ਲੜਦੀਆਂ ਰਹੀਆਂ ਨੇ, ਕੰਮ ਉਹਨਾਂ ਦੇ ਵਿੱਚ ਜ਼ਰੂਰ ਕੁਛ ਚੰਗੇ ਬੰਦੇ, ਚੰਗੇ ਸਾਥੀ ਵੀ ਬੈਠੇ ਆ ਜਿਹੜੇ ਕਿ ਸਮਾਜ ਦੀ ਸੇਵਾ ਕਰਨੀ ਚਾਹੁੰਦੇ ਆ, ਸ਼ਹਿਰ ਦੀ ਸੇਵਾ ਕਰਨੀ ਚਾਹੁੰਦੇ ਆ। ਪਰ ਅੱਜ ਉਹਨਾਂ ਨੂੰ ਪਹਿਲੀ ਵਾਰ ਮੌਕਾ ਮਿਲ ਰਿਹਾ ਕਿ ਇੱਕ ਤੀਜੀ ਧਿਰ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਝਾੜੂ ਦੇ ਚੋਣ ਨਿਸ਼ਾਨ ਦੇ ਉੱਪਰ ਅਰਬਨ ਬਾਡੀ ਦੀਆਂ ਚੋਣਾਂ ਲੜ ਰਹੀ ਹੈ। ਸੋ ਅੱਜ ਉਹ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੇ, ਉਹ ਲੋਕਾਂ ਨੂੰ ਜਿਹੜੀਆਂ ਚਲੰਤ ਸਮੱਸਿਆਵਾਂ ਦਹਾਕਿਆਂ ਤੋਂ ਇੱਕੋ ਹੀ ਚੱਲੀਆਂ ਆ ਰਹੀਆਂ, ਕਿਉਂਕਿ ਰੋਪੜ ਸ਼ਹਿਰ ਦੇ ਵਿੱਚ ਮੜੀ ਜਦੋਂ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਜਦੇ ਬਾਲਟੀਆਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਪੀਣ ਵਾਲੇ ਪਾਣੀ ਦੇ ਲਈ, ਅੱਜ ਤੱਕ ਪੀਣ ਵਾਲੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ। ਜਿਹੜੀਆਂ ਰਵਾਇਤੀ ਰਾਜ ਕਰਦੀਆਂ ਪਾਰਟੀਆਂ ਕੋਲੋਂ ਹੁਣ ਤੱਕ ਪੀਣ ਵਾਲੇ ਪਾਣੀ ਦਾ ਮਸਲਾ ਨਹੀਂ ਹੱਲ ਹੋਇਆ, ਉਹਨਾਂ ਨੂੰ ਸ਼ਹਿਰ ਦੇ ਵਿੱਚ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ, ਕੋਈ ਹੱਕ ਨਹੀਂ ਹੈ, ਨੈਤਿਕ ਤੌਰ 'ਤੇ ਉਹਨਾਂ ਨੂੰ ਵੋਟ ਮੰਗਣ ਨਹੀਂ ਆਉਣਾ ਚਾਹੀਦਾ। ਸੋ ਉਹਨਾਂ ਪਾਰਟੀਆਂ ਦਾ ਖਹਿੜਾ ਛੱਡ ਕੇ ਜਿਹੜੇ ਚੰਗੇ ਸਾਥੀ ਹੈ ਉਹ ਸਾਨੂੰ ਜੁਆਇਨ ਕਰ ਰਹੇ ਨੇ, ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਮੈਡਮ ਵਾਲੀਆ ਜਿਹੜੇ ਉਹ MC ਰਹੇ ਨੇ ਲੋਕਾਂ ਦੇ ਚੁਣੇ ਹੋਏ, ਅਤੇ ਸਰਦਾਰ ਸੰਤੋਖ ਸਿੰਘ ਵਾਲੀਆ ਜੀ ਸ਼ਹਿਰ ਦੇ ਸਮਾਜ ਸੇਵੀ ਨੇ, ਕਾਰੋਬਾਰੀ ਨੇ, ਇਹਨਾਂ ਦਾ ਇੱਕ ਆਪਣਾ ਰੁਤਬਾ ਹੈ, ਇਹਨਾਂ ਦਾ ਸਾਡੀ ਪਾਰਟੀ ਜਾਣ 'ਤੇ ਅਸੀਂ ਸਵਾਗਤ ਕਰਦੇ, ਅਤੇ ਇਹਨਾਂ ਦੇ ਆਉਣ ਦੇ ਨਾਲ ਰੂਪਨਗਰ ਸ਼ਹਿਰ ਦੇ ਵਿੱਚ ਪਾਰਟੀ ਦੇ ਵਿੱਚ ਜਿਹੜਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਸ਼ਹਿਰ ਦੇ ਲਈ, ਇੱਕ ਚੰਗੇ ਸਾਥੀਆਂ ਦੀ ਜਿਹੜੀ ਟੀਮ ਹੈ ਉਹ ਝਾੜੂ ਦੇ ਨਿਸ਼ਾਨ ਪਰ ਚੁਣ ਕੇ ਉਹ ਜਿਹੜਾ ਨਹਿਰ ਦੇ ਕੰਢੇ ਵਾਲਾ ਦਫ਼ਤਰ ਹੈ ਮਿਊਂਸਪੈਲਿਟੀ ਦਾ, ਉੱਥੇ ਲੋਕਾਂ ਦੀ ਸੇਵਾ ਦੇ ਲਈ ਚੰਗੇ ਪਲਾਨ ਬਣਾਏਗੀ। ਕਿਹੜੇ ਮੁੱਦਿਆਂ 'ਤੇ ਚੋਣ ਲੜੂਗੀ ਆਮ ਆਦਮੀ? ਦੇਖੋ, ਸਭ ਤੋਂ ਵੱਡਾ ਮੁੱਦਾ ਤਾਂ ਇਹ ਹੈ ਕਿ ਅੱਜ ਤੱਕ ਜਿਹੜੇ ਸ਼ਹਿਰੀਕਰਨ ਦੇ ਅਸਲੀ ਮੁੱਦੇ ਹੈ ਉਹਨਾਂ ਪਰ ਲਿਆਂਦਾ ਹੀ ਨਹੀਂ ਗਿਆ ਲੋਕਾਂ ਨੂੰ। ਅੱਜ ਤੱਕ ਲੋਕਾਂ ਨੂੰ ਪੀਣ ਵਾਲੇ ਪਾਣੀ ਤੱਕ, ਸੀਵਰੇਜ ਤੱਕ, ਨਿਕਾਸੀ ਤੱਕ ਸੀਮਿਤ ਰੱਖਿਆ ਗਿਆ। ਸੋ ਘੱਟੋ ਘੱਟ ਜਿਹੜੀਆਂ ਇਹ ਮੁੱਢਲੀਆਂ ਜ਼ਰੂਰਤਾਂ ਨੇ, ਸੰਵਿਧਾਨਿਕ ਹੱਕ ਨੇ, ਪਹਿਲਾਂ ਇਹਨਾਂ ਦੀ ਪੂਰਤੀ ਕਰਕੇ ਉਸ ਤੋਂ ਬਾਅਦ ਜੋ ਅਸਲੀ ਡਿਊਟੀ ਹੁੰਦੀ ਹੈ ਸ਼ਹਿਰੀਕਰਨ ਦੀ ਉਹਦੇ ਵੱਲ ਵਧਿਆ ਜਾਵੇਗਾ। ਅਕਾਲੀ ਦਲ ਦੇ ਲੀਡਰ ਨੇ ਕਹਿਣਾ ਵੀ ਲੋਕਾਂ ਨੇ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਦਾ ਹਲਕਾ ਵਿਧਾਇਕ ਬਣਾਇਆ ਸੀਗਾ, ਉਹ ਉਹਨੇ ਧੋਖਾ ਕੀਤਾ ਵੋਟਰਾਂ ਦੇ ਨਾਲ, ਅਤੇ ਹੁਣ ਕਿਵੇਂ ਕੌਂਸਲਰਾਂ 'ਤੇ ਜਿਹੜਾ ਹੈਗਾ ਵਿਸ਼ਵਾਸ ਕਰਨਗੇ ਰੋਪੜ ਦੇ? ਦੇਖੋ, ਅਕਾਲੀ ਦਲ ਦੇ ਲੀਡਰਾਂ ਨੂੰ ਜਾਂ ਜਿਹੜੇ ਵੀ ਬੰਦੇ ਸਵਾਲ ਪੁੱਛਦੇ ਨੇ ਉਹਨਾਂ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਕਿ ਕੀ ਇਸ ਉਹਨਾਂ ਦੇ ਸਵਾਲ ਦੇ ਨਾਲ ਸ਼ਹਿਰ ਦੇ ਮਸਲੇ ਹੱਲ ਹੋ ਜਾਂਦੇ ਆ। ਉਹ ਹੁਣ ਤੱਕ ਕੌਂਸਲ ਦੇ ਵਿੱਚ ਕਾਬਜ਼ ਰਹੇ ਨੇ, ਹੁਣ 17 ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਸਰਕਾਰ ਹੈ, ਉਹ ਘੱਟੋ ਘੱਟ ਇਹ ਤਾਂ ਦੱਸ ਦੇਣ ਕਿ ਉਹਨਾਂ ਨੇ ਸ਼ਹਿਰ ਦੇ ਲਈ ਕੀ ਕੁਛ ਕੀਤਾ ਹੁਣ ਤੱਕ। ਜਿਹੜੇ ਬੰਦੇ ਪਾਵਰ ਦੇ ਵਿੱਚ ਹੁੰਦੇ ਨੇ, ਸਰਕਾਰਾਂ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਇਹੋ ਜਿਹੀਆਂ ਹਵਾਈ ਫਾਇਰ ਕਰਨ ਦੀ ਬਜਾਏ ਆਪਣੀਆਂ ਪ੍ਰਾਪਤੀਆਂ ਗਿਣਾਉਣੀਆਂ ਪੈਂਦੀਆਂ। ਲੋਕ ਉਹਨਾਂ ਕੋਲੋਂ ਪ੍ਰਾਪਤੀਆਂ ਪੁੱਛਦੇ ਹੈ, ਦੂਜਿਆਂ ਦੀਆਂ ਗਲਤੀਆਂ ਨਹੀਂ ਪੁੱਛਦੇ। ਸੋ ਸਾਡੀਆਂ ਗਲਤੀਆਂ ਕੀ ਨੇ, ਜਿੱਥੇ ਸਾਡੀ ਗਲਤੀ ਹੈ ਉੱਥੇ ਅਸੀਂ ਗਲਤੀ ਵੀ ਮੰਨ ਲਵਾਂਗੇ, ਪਰ ਇਹ ਜਿਹੜੀਆਂ ਰਾਜ ਕਰਦੀਆਂ ਪਾਰਟੀਆਂ ਇਹ ਸਾਡੀਆਂ ਗਲਤੀਆਂ ਦੱਸ ਕੇ ਵੋਟਾਂ ਨਾ ਮੰਗਣ, ਆਪਣੀਆਂ ਪ੍ਰਾਪਤੀਆਂ ਦੱਸ ਕੇ ਵੋਟਾਂ ਮੰਗਣ। ਮੈਂ ਕਈ ਦਿਨਾਂ ਤੋਂ ਅਖਬਾਰਾਂ ਦੇ ਵਿੱਚ ਦੇਖ ਰਿਹਾ ਕਿ ਇਹਨਾਂ ਦਾ ਗਲਤੀਆਂ ਕੱਢਣ 'ਤੇ ਜ਼ੋਰ ਹੈ, ਪ੍ਰਾਪਤੀ ਕੋਈ ਦੱਸਣ ਨੂੰ ਹੈ ਨਹੀਂ, ਜੇ ਕੋਈ ਹੈਗੀ ਹੈ ਤਾਂ ਮੂੰਹ ਦਿਖਾਉਣ ਆਉਣ, ਅਤੇ ਲੋਕਾਂ ਦੇ ਵਿੱਚ ਵੜਨ ਦਾ ਕੋਈ ਹੱਕ ਨਹੀਂ ਇਹਨਾਂ ਨੂੰ।